ਉਹਦੇ ਵਿੱਚ ਇੱਕ ਸਵਾਲ ਆਇਆ ਕਿ ਤੁਸੀਂ ਪਲੈਨੈਟਸ ਦੇ ਨਾਮ ਦੱਸੋ ਮੈਂ ਉਸ ਪੇਪਰ ਦੇ ਵਿੱਚ ਪਲੈਨੈਟਸ ਦੀ ਜਗ੍ਹਾ ਪਲਾਂਟਸ ਦੇ ਨਾਮ ਲਿਖਾਈ ਮੈਂ ਥੋੜਾ ਜਿਹਾ ਮਿਹਨਤ ਕਰਨ ਤੋਂ ਘਤਰਾਉਣ ਲੱਗ ਗਈ ਜਦ ਟੈਸਟ ਹੁੰਦੇ ਤੇ ਆਪ ਹੀ ਬਣਦੇ ਨੰਬਰਾਂ ਤੋਂ ਜ਼ਿਆਦਾ ਨੰਬਰ ਲਗਾ ਦੇਣੇ ਤੇ ਉਹਦਾ ਨਤੀਜਾ ਇਹ ਨਿਕਲਿਆ ਕਈ ਲੋਕਾਂ ਨੂੰ ਇਹ ਚੀਜ਼ ناਗਵਾਰ ਗੁਜ਼ਰਦੀ ਏ ਉਹ ਜਾਣ ਬੁੱਝ ਕੇ ਵੀ ਤੁਹਾਡੇ 2019 ਦੇ ਵਿੱਚ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਮੇਰੀ ਡਿਊਟੀ ਲੱਗੀ ਜਨਰਲ ਐਡਮਿਨਿਸਟ੍ਰੇਸ਼ਨ ਦੇ ਨਾਲ ਪੰਜਾਬੀ ਲੈਂਗੁਏਜ ਤੋਂ ਮੈਨੂੰ ਕਦੇ ਇਸ ਕਰਕੇ ਡਰ ਲੱਗਦਾ ਸੀ ਕਿ ਪੂਰੇ ਕੰਟਰੀ ਦੇ ਵਿੱਚੋਂ ਟੋਕ ਕੀਤਾ ਤੇ ਉਸ ਪੰਜਾਬੀ ਨੇ ਹੀ ਮੈਨੂੰ ਪੀਸੀਐਸ ਦੇ ਵਿੱਚ ਵੀ ਦੂਜਿਆਂ ਦੇ ਮੁਕਾਬਲੇ ਐਡਵਾਂਟੇਜ ਦਿਵਾਇਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਖੁਸ਼ਪ੍ਰੀਤ ਕੌਰ ਮਾਨ ਮੈਂ 2019 ਦੀ ਯੂਪੀਐਸਸੀ ਦੀ ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕੀਤੀ ਹੈ ਮੇਰਾ ਜਨਮ ਪਿੰਡ ਬੱਲੂ ਜ਼ਿਲ੍ਹਾ ਬਠਿੰਡਾ ਦੇ ਵਿੱਚ ਇੱਕ ਮੱਧ ਵਰਗੀ ਕਿਸਾਨ ਪਰਿਵਾਰ ਚ ਹੋਇਆ ਮੈਂ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਹੀ ਸਕੂਲ ਦੇ ਵਿੱਚੋਂ ਪ੍ਰਾਪਤ ਕੀਤੀ ਮੈਂ ਪਹਿਲੀਆਂ ਦੋ ਜਮਾਤਾਂ ਉੱਥੋਂ ਕੀਤੀਆਂ ਉਸ ਤੋਂ ਬਾਅਦ ਮੇਰੇ ਮਾਪਿਆਂ ਨੂੰ ਲੱਗਿਆ ਕਿ ਉਚੇਰੀ ਵਿੱਦਿਆ ਦੇ ਲਈ ਇੱਕ ਕਸਬੇ ਦੇ ਵਿੱਚ ਨਾਲ ਦੇ ਕਸਬੇ ਦੇ ਵਿੱਚ ਇਹਨੂੰ ਦਾਖਲ ਕਰਾ ਦੇਣਾ ਚਾਹੀਦਾ ਹੈ ਜਿੱਥੇ ਕਿ ਸ਼ਾਇਦ ਪੜਾਈ ਹੋਰ ਵਧੀਆ ਹੋ ਸਕੇ ਕਿਉਂਕਿ ਮੈਂ ਪਹਿਲਾ ਪਿੰਡ ਤੋਂ ਪੜ੍ਹੀ ਸੀ ਤਾਂ ਉਹਨਾਂ ਨੇ ਮੈਨੂੰ ਪੰਜਾਬੀ ਮਾਧਿਅਮ ਵਿੱਚ ਹੀ ਦਾਖਲ ਕਰਾਇਆ ਕਰਦੇ ਕਰਾਉਂਦੇ ਮੈਂ 5ਵੀਂ ਪਾਸ ਕਰ ਲਈ 5ਵੀਂ ਤੋਂ ਬਾਅਦ ਮੇਰੀ ਭੈਣ ਨੂੰ ਸਕੂਲੋਂ ਆਉਣ ਦਾ ਟਾਈਮ ਆਇਆ ਤੇ ਉਹਨਾਂ ਦਿਨਾਂ ਵਿੱਚ ਅੰਗਰੇਜ਼ੀ ਸਕੂਲਾਂ ਦਾ ਕਾਫੀ ਰਿਵਾਜ ਚੱਲ ਪਿਆ ਸੀ ਮੈਨੂੰ ਲੱਗਿਆ ਮੈਂ ਉਦੋਂ ਬੜੀ ਛੋਟੀ ਸਾਂ ਮੈਨੂੰ ਲੱਗਿਆ ਕਿ ਮੈਂ ਕਿਤੇ ਇਹਨਾਂ ਤੋਂ ਪਿੱਛੇ ਨਾ ਰਹਿ ਜਾਵਾਂ ਤਾਂ ਮੈਂ ਆਪਣੇ ਮਾਪੇ ਨੂੰ ਆਖਿਆ ਕਿ ਮੈਨੂੰ ਵੀ ਇਹਦੇ ਸਕੂਲ 'ਚ ਦਾਖਲ ਕਰਾ ਦਿਓ ਸਕੂਲ ਵਾਲਿਆਂ ਨਾਲ ਗੱਲ ਕੀਤੀ ਗਈ ਸਕੂਲ ਵਾਲਿਆਂ ਨੇ ਆਖਿਆ ਕਿ ਦਾਖਲਾ ਟੈਸਟ ਲਿਆ ਜਾਏਗਾ ਦਾਖਲਾ ਟੈਸਟ ਦੇ ਵਿੱਚ ਉਹਨਾਂ ਨੇ ਮੈਨੂੰ ਇੱਕ ਸਵਾਲ ਪਾਇਆ ਉਹਦੇ ਵਿੱਚ ਇੱਕ ਸਵਾਲ ਆਇਆ ਕਿ ਤੁਸੀਂ ਪਲੈਨੈਟਸ ਦੇ ਨਾਮ ਦੱਸੋ ਮੈਂ ਉਸ ਪੇਪਰ ਦੇ ਵਿੱਚ ਪਲੈਨੈਟਸ ਦੀ ਜਗ੍ਹਾ ਪਲਾਂਟਸ ਦੇ ਨਾਮ ਲਿਖਾਈ ਪਰ ਸਕੂਲ ਨਵਾਂ ਸੀ ਉਹਨਾਂ ਨੂੰ ਬੱਚਿਆਂ ਦੀ ਲੋੜ ਸੀ ਮੈਨੂੰ ਉਹਨਾਂ ਨੇ ਦਾਖਲ ਕਰ ਲਿਆ ਦਾਖਲਾ ਤਾਂ ਹੋ ਗਿਆ ਉਸ ਤੋਂ ਬਾਅਦ ਮੈਂ ਕਿਉਂਕਿ 5ਵੀਂ ਤੱਕ ਪੰਜਾਬੀ ਪੰਜਾਬੀ ਹੀ ਪੜ੍ਹਦੀ ਰਹੀ ਸੀ ਅੰਗਰੇਜ਼ੀ ਪੜ੍ਹੀ ਹੀ ਨਹੀਂ ਸੀ ਤਾਂ ਮੈਨੂੰ ਸ਼ਬਦ ਤੋੜ-ਤੋੜ ਕੇ ਲਿਖਣ ਦੀ ਆਦਤ ਸੀ ਮੇਰੇ ਕਲਾਸ ਇੰਚਾਰਜ ਨੇ ਜਦ ਇਸ ਚੀਜ਼ ਨੂੰ ਦੇਖਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਤਾਂ ਗੱਲ ਨਹੀਂ ਬਣਨੀ ਇਹ ਤਾਂ ਬੜੀ ਗੰਦੀ ਲਿਖਾਈ ਹੈ ਸਾਰੀ ਕਲਾਸ ਪੈਨ ਨਾਲ ਲਿਖਦੀ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਪੈਨਸਲ ਨਾਲ ਲਿਖੋਗੇ ਕਿਉਂਕਿ ਤੁਹਾਨੂੰ ਤਾਂ ਸ਼ਬਦ ਜੋੜ ਹੀ ਨਹੀਂ ਬਣਾਉਣੇ ਆਉਂਦੇ ਤੇ ਮੈਂ ਮੈਨੂੰ ਇਸ ਚੀਜ਼ ਦੀ ਬੜੀ ਨਿਮੋਸ਼ੀ ਮਹਿਸੂਸ ਹੋਈ ਤੇ ਮੈਂ ਕੀ ਕੀਤਾ ਮੈਂ ਜਿਹੜੇ ਵੀ ਸੁੰਦਰ ਲਿਖਾਈ ਵਾਲੇ ਬੱਚੇ ਸੀ ਸਾਡੀ ਕਲਾਸ ਦੇ ਉਹਨਾਂ ਦੇ ਦੇਖ-ਦੇਖ ਕੇ ਉਹਨਾਂ ਦੀਆਂ ਕਾਪੀਆਂ ਮੈਂ ਲਿਖਣਾ ਸ਼ੁਰੂ ਕੀਤਾ ਤੇ ਥੋੜੇ ਹੀ ਦਿਨਾਂ ਦੇ ਵਿੱਚ ਮੇਰੀ ਲਿਖਾਈ ਠੀਕ ਹੋ ਗਈ ਤੇ ਮੈਂ ਉਸ ਕਲਾਸ ਨੂੰ ਅੰਗਰੇਜ਼ੀ ਮਾਧਿਅਮ ਦੇ ਵਿੱਚ ਵੀ ਟੌਪ ਕੀਤਾ ਤੇ ਇਸ ਮਿਹਨਤ ਦਾ ਇਹ ਨਤੀਜਾ ਨਿਕਲਿਆ ਕਿ 8ਵੀਂ ਚ ਜਾ ਕੇ ਮੈਂ ਪੂਰੇ ਸਕੂਲ ਦੇ ਵਿੱਚ ਸੁੰਦਰ ਲਿਖਾਈ ਦੇ ਵਿੱਚ ਪਹਿਲੇ ਸਥਾਨ ਤੇ ਹਾਂ ਕਰਦੇ ਕਰਦੇ 10ਵੀਂ ਪਾਸ ਹੋ ਗਈ 10ਵੀਂ ਪਾਸ ਹੋਣ ਤੋਂ ਬਾਅਦ ਮੈਂ ਬਠਿੰਡੇ 11ਵੀਂ ਤੇ 12ਵੀਂ ਦੀ ਤਿਆਰੀ ਲਈ ਚਲੀ ਗਈ ਬਠਿੰਡੇ ਦੀ ਆਬੋ ਹਵਾ ਨੇ ਮਿਹਨਤ ਕਰਨ ਦੀ ਜਿਹੜੀ ਆਦਤ ਸੀ ਉਹਨੂੰ ਪਿਛਟ ਭੂਮੀ ਵਿੱਚ ਲਾ ਜਾ ਦਿੱਤਾ ਮੈਂ ਥੋੜਾ ਜਿਹਾ ਮਿਹਨਤ ਕਰਨ ਤੋਂ ਘਤਰੌਣ ਲੱਗ ਗਈ ਜਦ ਟੈਸਟ ਹੁੰਦੇ ਤੇ ਆਪ ਹੀ ਬਣਦੇ ਨੰਬਰਾਂ ਤੋਂ ਜ਼ਿਆਦਾ ਨੰਬਰ ਲਗਾ ਦੇਣੇ ਤੇ ਉਹਦਾ ਨਤੀਜਾ ਇਹ ਨਿਕਲਿਆ ਕਿ ਮੇਰੇ ਪੱਧਰ ਦੇ ਜਿਹੜੇ ਦੂਸਰੇ ਬੱਚੇ ਸੀ ਉਹ ਸਾਰੇ ਐਮਬੀਬੀਐਸ ਦੇ ਵਿੱਚ ਸੀਟਾਂ ਲੈ ਗਏ ਤੇ ਮੇਰਾ ਪੀਐਮਟੀ 'ਚ ਬੜਾ ਮਾੜਾ ਰੈਂਕ ਆ। ਉਹਦੇ ਕਰਕੇ ਮੈਨੂੰ ਬੀਡੀਐਸ ਦੇ ਵਿੱਚ ਦਾਖਲਾ ਮਿਲਿਆ। ਮੇਰੇ ਨਾਲੋਂ ਵੱਧ ਮੇਰੇ ਮਾਪੇ ਉਦਾਸ ਹੋਏ ਪਰ ਇਸ ਚੀਜ਼ ਨੇ ਮੇਰੇ ਮਨ ਤੇ ਬੜੀ ਡੂੰਗੀ ਸੱਟ ਮਾਰੀ। ਮੈਂ ਇਹ ਸੋਚਿਆ ਕਿ ਅੱਜ ਤੋਂ ਬਾਅਦ ਮੈਂ ਜ਼ਿੰਦਗੀ 'ਚ ਕਾਮਯਾਬ ਹੋਵਾਂ ਜਾਂ ناکਾਮਯਾਬ ਪਰ ਮੈਂ ਆਪਣੇ ਆਪ ਦੇ ਨਾਲ ਬੇਈਮਾਨੀ ਕਦੇ ਨਹੀਂ ਕਰਾਂਗਾ। ਪੀਡੀਐਸ ਦੇ ਵਿੱਚ ਵਧੀਆ ਕਾਲਜ ਚੱਲਦਾ ਰਿਹਾ ਕਾਲਜ ਦੇ ਆਖਰੀ ਸਾਲ ਦੇ ਵਿੱਚ ਅਸੀਂ ਸ਼ਾਪਿੰਗ ਕਰਨ ਦੇ ਲਈ ਇੱਕ ਦੁਕਾਨ ਤੇ ਗਏ ਦੁਕਾਨ ਤੇ ਜਾ ਕੇ ਜੁੱਤੇ ਲੈਣ ਲਈ ਗਏ ਤੇ ਸਾਨੂੰ ਮੈਨੂੰ ਪਸੰਦ ਆਏ ਕਿ ਜੁੱਤੇ ਜਿਹੜੇ 5500 ਦੇ ਸੀ ਉਹ ਨੂੰ ਬਿਨਾਂ ਲਏ ਹੀ ਅਸੀਂ ਬਾਹਰ ਤਾਂ ਆ ਗਏ ਪਰ ਮੈਂ ਜਾਂਦੇ ਜਾਂਦੇ ਸੋਚਿਆ ਕਿ ਪੀਡੀਐਸ ਕਰਨ ਤੋਂ ਬਾਅਦ ਜੇ ਮੈਨੂੰ ਨੌਕਰੀ ਮਿਲੇਗੀ ਤਾਂ ਮੈਂ ਕਿੰਨੇ ਕਮਾਵਾਂਗੀ ਮਹੀਨੇ ਤੇ ਤੇ ਮੈਨੂੰ ਮੈਂ ਦੂਸਰਿਆਂ ਨੂੰ ਪੁੱਛਿਆ ਕਿ ਕਿੰਨਾ ਮਿਲਦਾ ਹੈ ਇੱਕ ਜਿਹੜਾ ਡਾਕਟਰ ਤੁਰੰਤ ਕਰਕੇ ਨਿਕਲਦਾ ਹੈ ਵੀਡੀਓ ਤੇ ਉਹਨਾਂ ਨੇ ਕਿਹਾ 8000 ਰੁਪਏ ਮੈਂ ਕਿਹਾ 8000 ਰੁਪਏ ਦੇ ਵਿੱਚ ਤਾਂ ਸ਼ੌਂਕ ਤਾਂ ਕੀ ਮੇਰੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਹੋਣਗੀਆਂ ਤੇ ਉਸ ਤੋਂ ਬਾਅਦ ਮੈਨੂੰ ਇਹ ਲੱਗਿਆ ਕਿ ਬੀਡੀਐਸ ਦੇ ਨਾਲ ਤਾਂ ਨਹੀਂ ਸਰਨਾ ਤੇ ਹੁਣ ਜਾਂ ਤਾਂ ਪੋਸਟ ਗ੍ਰੈਜੂਏਸ਼ਨ ਕਰਨੀ ਪਹੇਗੀ ਪੋਸਟ ਗ੍ਰੈਜੂਏਸ਼ਨ ਕਰਨ ਦੇ ਲਈ ਵੀ ਸਰਕਾਰੀ ਸੀਟਾਂ 100 ਤੋਂ 200 ਸੀ ਉਸ ਟਾਈਮ ਤੇ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਮੈਂ ਸੋਚਿਆ ਪਹਿਲਾਂ MDS ਕਰਾਂਗੀ MDS ਕਰਕੇ ਜੇ ਸਰਕਾਰੀ ਸੀਟ ਮਿਲ ਵੀ ਗਈ ਮੈਨੂੰ MDS ਦੀ ਤੇ ਮੇਰੇ ਕੋਲੇ ਕਲੀਨਿਕ ਖੋਲਣ ਲਈ ਤਾਂ ਫੇਰ ਪੈਸੇ ਨਹੀਂ ਹੈਗੇ ਫੇਰ ਮੈਨੂੰ ਸਰਕਾਰੀ ਨੌਕਰੀ ਦੀ ਹੀ ਟਰਾਈ ਕਰਨੀ ਪਊਗੀ ਤੇ ਜੇ ਮੈਂ ਸਰਕਾਰੀ ਨੌਕਰੀ ਹੀ ਲੈਣੀ ਹੈ ਤੇ ਮੈਂ ਹੁਣੇ ਸਮਾਂ ਤੇ ਪੈਸੇ ਬਰਬਾਦ ਕਰਨ ਦੀ ਬਜਾਏ ਹੁਣੇ ਹੀ ਸਰਕਾਰੀ ਨੌਕਰੀ ਦੀ ਟਰਾਈ ਕਿਉਂ ਨਾ ਕਰਾਂ ਚਲੋ ਜੀ ਇਹ ਹੋਇਆ ਕਿ ਬਈ ਹੁਣ ਤਿਆਰੀ ਕੀਤੀ ਜਾਵੇਗੀ ਸਰਕਾਰੀ ਪੇਪਰਾਂ ਦੀ ਮੇਰੇ ਪਾਪਾ ਤੇ ਮੇਰੀ ਭੈਣ ਦੋਨੋਂ ਜਾਣੇ ਦਿੱਲੀ ਗਏ ਤੇ ਉਹਨਾਂ ਨੂੰ ਉੱਥੇ ਦੁਕਾਨਾਂ ਕਿਤਾਬਾਂ ਦੀਆਂ ਦੁਕਾਨਾਂ ਵਾਲਿਆਂ ਨੇ ਜੋ-ਜੋ ਵੀ ਮਟੀਰੀਅਲ ਅਵੇਲੇਬਲ ਸੀ ਉਹ ਦੇ ਦਿੱਤਾ ਤੇ ਮੇਰੀ ਮੇਰੀ ਤਿਆਰੀ ਸ਼ੁਰੂ ਹੋ ਗਈ ਇਸ ਦੇ ਦੌਰਾਨ ਮੈਂ ਨਾਲ-ਨਾਲ PCS ਦਾ ਇਗਜ਼ਾਮ ਉਹਦੇ ਨੋਟੀਫਾਈ ਹੋਇਆ ਸੀ PCS ਮੈਂ ਅਪਲਾਈ ਕਰ ਦਿੱਤਾ ਤੇ ਨਾਲ ਹੀ ਮੈਂ SBI PO ਲਈ ਅਪਲਾਈ ਕਰ ਦਿੱਤਾ PCS ਦੇ ਵਿੱਚ ਮੇਰਾ ਪ੍ਰੀਲਿੰਮਸ ਤੇ ਮੇਨਸ ਉਸੇ ਅਟੈਂਪਟ ਚ ਕੁਆਲੀਫਾਈ ਹੋ ਗਿਆ ਇੰਟਰਵਿਊ ਦੇ ਵਿੱਚ ਮੈਂ ਪਾਰ ਨਾ ਜਾ ਸਕੀ ਪਰ ਇੰਟਰਵਿਊ ਦੇ ਰਿਜ਼ਲਟ ਤੋਂ ਪਹਿਲਾਂ ਮੇਰਾ SBI PO ਕਲੀਅਰ ਹੋ ਗਿਆ ਸੀ ਤੇ ਮੈਂ SBI ਦੇ ਵਿੱਚ ਅਫਸਰ ਦੇ ਤੌਰ ਤੇ ਮੈਨੂੰ ਜੁਆਇਨ ਕਰਨ ਦੇ ਲਈ ਕਾਲ ਆ ਗਈ ਸੀ ਭਾਵੇਂ ਮੇਰਾ ਭਵਿੱਖ ਸੁਰੱਖਿਅਤ ਹੋ ਗਿਆ ਸੀ ਮੈਂ SBI PO ਜੁਆਇਨ ਕਰ ਲਿਆ ਪਰ ਮੈਨੂੰ PCS ਦੀ ਫੇਲਿਅਰ ਨੇ ਨਿਰਾਸ਼ ਨਾ ਕੀਤਾ ਸਗੋਂ ਦੀ ਇਹਨੇ ਮੇਰਾ ਹੌਸਲਾ ਵਧਾਇਆ ਕਿਉਂਕਿ ਮੈਨੂੰ ਇਹ ਪਤਾ ਸੀ ਕਿ ਮੇਰੀ ਤਿਆਰੀ ਦੇ ਵਿੱਚ ਤਾਂ ਕਈ ਕਮੀਆਂ ਨੇ ਜੇ ਮੈਂ ਉਹਨਾਂ ਤੇ ਕਮੀਆਂ ਨੂੰ ਓਵਰਕਮ ਕਰ ਲਵਾਂ ਤੇ ਮੇਰੇ ਲਈ ਅਗਲੇ ਅਟੈਂਪਟ ਦੇ ਵਿੱਚ ਪੀਸੀਐਸ ਪਾਰ ਕਰਨਾ ਕੋਈ ਬਹੁਤ ਔਖਾ ਨਹੀਂ ਹੋਏਗਾ ਪਰ ਇਹ ਮੇਰੀ ਗਲਤ ਫੈਮਨੀ ਸੀ ਕਿਉਂਕਿ ਜਦੋਂ ਤੁਸੀਂ ਕਿਸੇ ਜਗ੍ਹਾ ਤੇ ਜੁਆਇਨ ਕਰ ਲੈਂਦੇ ਹੋ ਤੇ ਉਹ ਨੌਕਰੀ ਤੁਹਾਡੇ ਤੋਂ ਸਮਾਂ ਮੰਗਦੀ ਹੈ ਬੈਂਕ ਦੀ ਨੌਕਰੀ ਤਾਂ ਵੈਸੇ ਹੀ ਬੜੀ ਔਖੀ ਹੁੰਦੀ ਹੈ ਤੇ ਉੱਥੇ ਸਾਨੂੰ 7-7 ਵਜੇ ਜਾਣੇ ਬੈਂਕ ਦੇ ਵਿੱਚ ਤੇ ਨਾ ਹੀ ਉੱਥੇ ਪੜ੍ਹਨ ਦਾ ਟਾਈਮ ਮਿਲਣਾ ਮੈਂ 7 ਵਜੇ ਆ ਕੇ 2-3 ਘੰਟੇ ਸੌਣਾ ਫੇ ਸਾਰੀ ਰਾਤ ਮੈਂ ਬਹਿ ਕੇ ਪੜਨਾ ਤੇ ਅਗਲੇ ਦਿਨ ਫੇਰ ਨੌਕਰੀ ਤੇ ਜਾਣ। ਕਈ ਵਾਰ ਜਦ ਤੁਸੀਂ ਤਿਆਰੀ ਕਰਦੇ ਹੋ ਤੇ ਕਈ ਲੋਕਾਂ ਨੂੰ ਇਹ ਚੀਜ਼ ناਗਵਾਰ ਗੁਜ਼ਰਦੀ ਏ। ਉਹ ਜਾਣ ਬੁੱਝ ਕੇ ਵੀ ਤੁਹਾਡੇ ਰਾਹ ਦੇ ਵਿੱਚ ਕੰਡੇ ਵਛਾਉਣ ਦੀ ਕੋਸ਼ਿਸ਼ ਕਰਦੇ ਨੇ। ਮੇਰੇ ਕੰਮ ਦੀ ਥਾਂ ਤੇ ਵੀ ਕੁਝ ਲੋਕਾਂ ਨੇ ਮੇਰੇ ਨਾਲ ਇਸ ਤਰ੍ਹਾਂ ਵੀ ਕੀਤਾ। ਜਦੋਂ ਪੀਸੀਐਸ ਅਗਲਾ ਆਇਆ ਤੇ ਮੈਂ ਪ੍ਰੀਲਿੰਮਸ, ਮੇਨਸ ਤੇ ਇਸ ਵਾਰੀ ਪਿਛਲੀ ਵਾਰ ਦੀ ਤਰ੍ਹਾਂ ਨਾ ਹੋ ਕੇ ਇੰਟਰਵਿਊ ਵੀ ਕਲੀਅਰ ਕਰ ਲਿਆ। ਤੇ ਮੈਨੂੰ ਇੰਨੀਆਂ ਔਖਾਂ ਪਿਛਲੇ 1 ਸਾਲ ਦੇ ਵਿੱਚ ਮੈਂ ਚੱਲ ਚੁੱਕੀ ਸੀ। ਕਿ ਮੈਂ ਰਿਜ਼ਲਟ ਦੇਖ ਕੇ ਰੋਣਾ ਸ਼ੁਰੂ ਕਰ ਦਿੱਤਾ ਦੂਰੋਂ ਦੂਰੋਂ ਲੋਕ ਮੈਨੂੰ ਵਧਾਈਆਂ ਦੇਣ ਲਈ ਆਏ ਪਰ ਮੈਨੂੰ ਇਹ ਯਕੀਨ ਹੀ ਨਾ ਆਵੇ ਕਿ ਮੈਂ ਇਹ ਇੱਕ ਐਡਾ ਵੱਡਾ ਪੇਪਰ ਮੇਰਾ ਪਾਸ ਹੋ ਗਿਆ ਉਸ ਤੋਂ ਬਾਅਦ ਮੇਰਾ ਮੈਂ ਜੁਆਇਨ ਕਰ ਲਿਆ ਪੰਜਾਬ ਦੇ ਵਿੱਚ ਐਸ ਆਈਟੀਓ 2019 ਦੇ ਵਿੱਚ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਮੇਰੀ ਡਿਊਟੀ ਲੱਗੀ ਜਨਰਲ ਐਡਮਿਨਿਸਟ੍ਰੇਸ਼ਨ ਦੇ ਨਾਲ ਕੰਮ ਕਰਨ ਦਾ ਇਹ ਮੇਰਾ ਪਹਿਲਾ ਤਜਰਬਾ ਸੀ ਇਨ੍ਹਾਂ ਇਲੈਕਸ਼ਨਾਂ ਦੇ ਦੌਰਾਨ ਮੈਨੂੰ ਕੁਝ ਲੋਕ ਇਹੋ ਜਿਹੇ ਮਿਲੇ ਜੋ ਬੜੇ ਪ੍ਰੇਰਨਾਦਾਇਕ ਸੀ ਕਈ ਅਫਸਰ ਮੈਨੂੰ ਇਸ ਤਰ੍ਹਾਂ ਦੇ ਵੀ ਮਿਲੇ ਜਿਨ੍ਹਾਂ ਨੂੰ ਦੇਖ ਕੇ ਮੈਨੂੰ ਲੱਗਿਆ ਕਿ ਅਫਸਰ ਖੁਦ ਪੱਖੀ ਨਹੀਂ ਲੋਕ ਪੱਖੀ ਹੋਣਾ ਚਾਹੀਦਾ ਤੇ ਮੇਰਾ ਮਨ ਆਇਆ ਕੁਝ ਹੋਰ ਵਿਕਟਨਾਵਾਂ ਉਦੋਂ ਇਹ ਹੋਈਆਂ ਕਿ ਮੈਨੂੰ ਲੱਗਿਆ ਕਿ ਵੀ ਯੂਪੀਐਸਸੀ ਦੀ ਵੀ ਤਿਆਰੀ ਕਰਨੀ ਚਾਹੀਦੀ ਮੈਂ ਕੁਝ ਅਟੈਂਪਟ ਯੂਪੀਐਸਸੀ ਦੇ ਸ਼ੁਰੂ ਵਿੱਚ ਦਿੱਤੇ ਸੀ ਪਰ ਉਦੋਂ ਮੈਂ ਇਹਦੇ ਲਈ ਸੰਜੀਦਾ ਨਹੀਂ ਸੀ ਕਿਉਂਕਿ ਮੈਨੂੰ ਲੱਗਦਾ ਸੀ ਮੈਂ ਪੰਜਾਬ ਤੋਂ ਬਾਹਰ ਜਾ ਕੇ ਨੌਕਰੀ ਨਹੀਂ ਕਰਨੀ ਮੈਂ ਘਰੇ ਆ ਕੇ ਆਪਣੇ ਹਸਬੰਦ ਨੂੰ ਦੱਸਿਆ ਕਿ ਮੇਰਾ ਮਨ ਹੈ ਕਿ ਮੈਂ ਯੂਪੀਐਸਸੀ ਦੇ ਲਈ ਅਪੀਅਰ ਹੂੰ ਉਹਨਾਂ ਨੇ ਮੈਨੂੰ ਕਿਹਾ ਕਿ ਯੂਪੀਐਸਸੀ ਵੀ ਤਾਂ ਬੰਦੇ ਹੀ ਕਰੈਕ ਕਰਦੇ ਨੇ ਤੂੰ ਤਿਆਰੀ ਕਰ ਅਗਲੇ ਦਿਨ ਮੈਂ ਸਾਡੇ ਐਸਟੀਐਮ ਸਾਹਿਬ ਨੂੰ ਜਾ ਕੇ ਕਿਹਾ ਕਿ ਜੀ ਮੈਂ ਯੂਪੀਐਸਸੀ ਦਾ ਪੇਪਰ ਦੇਣਾ ਹੈ ਠੀਕ ਹੈ ਤੇ ਉਹਨਾਂ ਨੇ ਕਿਹਾ ਵੀ ਤੇਰੀ ਤਿਆਰੀ ਹੈ ਮੈਂ ਕਿਹਾ ਜੀ ਥੋੜੀ ਥੋੜੀ ਤਿਆਰੀ ਹੈ ਮੈਂ ਆਪਣੀ ਇੱਜ਼ਤ ਬਚਾਉਣ ਨੂੰ ਆਖਿਆ ਕਿਉਂਕਿ ਮੈਂ ਤਾਂ ਤਿਆਰੀ ਹਲੇ ਸ਼ੁਰੂ ਹੀ ਨਹੀਂ ਸੀ ਕੀਤੀ ਉਹਨਾਂ ਨੇ ਮੈਨੂੰ ਇੱਕ ਸਵਾਲ ਪੁੱਛਿਆ ਕਨਸਟੀਟਿਊਸ਼ਨਲ ਰਾਈਟ ਨੂੰ ਲੈ ਕੇ ਜਿਹਦਾ ਮੈਂ ਜਵਾਬ ਨਾ ਦੇ ਸਕੀ ਘਰੇ ਜਾ ਕੇ ਮੈਂ ਕਿਹਾ ਮੇਰੀ ਤਾਂ ਜ਼ੀਰੋ ਤਿਆਰੀ ਹੈ ਮੈਂ ਕੀ ਪਾਸ ਕਰਨਾ ਹੈ ਪੇਪਰ ਪਰ ਮੇਰੇ ਹਸਬੰਦ ਨੇ ਕਿਹਾ ਕਿ ਮੰਨਿਆ ਤੇਰੇ ਕੋਲ ਦੋ ਹੀ ਮਹੀਨੇ ਨੇ ਤੇ ਪੌਣੇ ਦੋ ਮਹੀਨੇ ਦੇ ਵਿੱਚ ਇਲੈਕਸ਼ਨ ਆ ਸੀਗੇ ਤੇ ਪਰ ਤੂੰ ਇਹ ਕਰ ਕਿ ਤੂੰ ਪੁਰਾਣੇ ਪੇਪਰ ਦੇਖ ਪੁਰਾਣੇ ਪੇਪਰ ਦੇਖ ਕੇ ਤੈਨੂੰ ਇਹ ਪਤਾ ਲੱਗ ਜਾਏਗਾ ਕਿ ਸਟੈਟਿਕ ਦੇ ਵਿੱਚ ਕੀ ਇੰਪੋਰਟੈਂਟ ਚੀਜ਼ਾਂ ਨੇ ਤੇ ਜਿਹੜਾ ਕਰੰਟ ਅਫੇਅਰ ਹੈ ਉਹਨੂੰ ਤੂੰ ਜਿਹੜੇ ਵੀ ਮਾਰਕੀਟ ਦੇ ਵਿੱਚ ਅਵੇਲੇਬਲ ਐਮਸੀਕਿਊਜ਼ ਨੇ ਉਹਨਾਂ ਨੂੰ ਵੇਖ ਘੱਟੋ ਘੱਟ ਤੈਨੂੰ ਇਲੀਮੀਨੇਟ ਕਰਨਾ ਆ ਜਾਏਗਾ ਮੈਂ ਇਹੀ ਕੀਤਾ ਇਹਦੇ ਵਿੱਚ ਮੈਨੂੰ ਆਪਣੀਆਂ ਸਟਰੈਂਥ ਵੀਕਨੈਸ ਪਤਾ ਲੱਗ ਗਈਆਂ ਜਿਦੇ ਵਿੱਚ ਮੈਂ ਪਿਛਲੇ 15 ਦਿਨਾਂ ਚ ਉਹਦੇ ਤੇ ਕੰਮ ਕੀਤਾ ਪ੍ਰੀਲਿਮ ਕਲੀਅਰ ਹੋ ਗਿਆ ਮੇਨਸ ਆਇਆ ਮੇਨਸ ਤਾਂ ਮੇਰੇ ਲਈ ਹੋਰ ਵੀ ਨਵਾਂ ਸੀ ਤੇ ਫਿਰ ਮੈਂ ਆਪਣੇ ਹਸਬੰਡ ਕੋਲ ਗਈ ਕਿ ਜੀ ਇਹਦਾ ਕੀ ਕੀਤਾ ਜਾਵੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਐਂ ਕਰ ਟੋਪਰਾਂ ਦੀਆਂ ਕਾਪੀਆਂ ਪੜ ਟੋਪਰਾਂ ਦੀਆਂ ਕਾਪੀਆਂ ਪੜ ਕੇ ਤੈਨੂੰ ਇਹ ਪਤਾ ਲੱਗ ਜਾਣਾ ਕਿ ਐਗਜ਼ਾਮ ਮੰਗਦਾ ਕੀ ਹੈ ਫਿਰ ਮੈਂ ਟੋਪਰਾਂ ਦੀਆਂ ਕਾਪੀਆਂ ਪੜੀਆਂ ਮੈਨੂੰ ਲੱਗਿਆ ਵੀ ਇਹਦੇ ਲਈ ਬਹੁਤ ਚੀਜ਼ਾਂ ਤੋਂ ਪੜਨ ਦੀ ਬਜਾਏ ਇਹ ਜ਼ਰੂਰੀ ਚੀਜ਼ ਹੈ ਕਿ ਤੁਸੀਂ ਹਰ ਸਿਲੇਬਸ ਦੇ ਹਰ ਇੱਕ ਟੌਪਿਕ ਤੇ ਤੁਹਾਡੇ ਇੱਕ ਪੇਜ ਦਾ ਨੋਟਸ ਤੁਹਾਡੇ ਬਣੇ ਹੋਣੇ ਚਾਹੀਦੇ ਨੇ ਜਿਹੜੇ ਤੁਸੀਂ ਮੌਕੇ ਤੇ ਵਰਤ ਸਕੋ ਮੈਂ ਉਹ ਇੱਕ ਇੱਕ ਪੇਜ ਦੇ ਨੋਟਸ ਬਣਾਏ ਮੇਨਸ ਦੇ ਦਿੱਤਾ ਮੇਨਸ ਕਲੀਅਰ ਹੋ ਗਿਆ ਇੰਟਰਵਿਊ ਦੇ ਦਿੱਤਾ ਤੇ ਜਿਸ ਦਿਨ ਮੇਰਾ ਰਿਜ਼ਲਟ ਸੀ ਉਸ ਦਿਨ ਸਾਡੀ ਮੀਟਿੰਗ ਸੀ ਡੇਢ ਘੰਟੇ ਬਾਅਦ ਮੈਂ ਜਦ ਆਪਣਾ ਰਿਜ਼ਲਟ ਦੇਖਿਆ ਕੰਟਰੋਲ ਐਫ ਕੀਤਾ ਤੇ ਲਿਸਟ ਦੇ ਵਿੱਚ ਮੇਰਾ ਨਾਮ ਸੀ ਮੈਨੂੰ ਇਹ ਯਕੀਨ ਹੀ ਨਹੀਂ ਸੀ ਕਿ ਜਿਸ ਚੀਜ਼ ਦੀ ਮੈਂ ਕਲਪਨਾ ਵੀ ਨਹੀਂ ਸੀ ਕੀਤੀ ਪਰਮਾਤਮਾ ਨੇ ਮੇਰੀ ਝੋਲੀ ਪਾ ਦਿੱਤਾ ਸੀ ਜਿਸ ਲੜਕੀ ਨੂੰ ਕਿਸੇ ਦਿਨ ਪਲਾਨਟਸ ਤੇ ਪਲੈਨੈਟਸ ਦੇ ਵਿੱਚ ਡਿਫਰੈਂਸ ਨਹੀਂ ਸੀ ਪਤਾ ਉਹਨੇ ਭਾਰਤ ਦਾ ਸਭ ਤੋਂ ਔਖਾ ਕਿਹਾ ਜਾਣ ਵਾਲਾ ਪੇਪਰ ਪੈਕ ਕਰ ਲਿਆ ਸੀ ਇਸ ਦੇ ਦੌਰਾਨ ਬੇਸ਼ੱਕ ਮੈਨੂੰ ਮੇਰੇ ਹਾਲਾਤ ਥੋੜੇ ਜਿਹੇ ਔਖੇ ਸੀ ਕਿਸੇ ਸਮੇਂ ਪਰ ਉਹਨਾਂ ਹਾਲਾਤਾਂ ਨੇ ਮੈਨੂੰ ਇੱਕ ਆਪਣਾ ਐਡਵਾਂਟੇਜ ਦਿੱਤਾ ਜਿਵੇਂ ਕਿ ਜਦ ਇਨਸਾਨ ਦੇ ਕੋਲ ਥੋੜ੍ਹ ਹੁੰਦੀ ਹੈ ਉਦੋਂ ਹੀ ਉਹ ਮਿਹਨਤ ਕਰ ਪਾਉਂਦਾ ਹੈ ਜਿਵੇਂ ਕਿ ਮੈਨੂੰ ਮੈਂ ਪਿੰਡਾਂ ਕਸਬਿਆਂ ਤੇ ਸ਼ਹਿਰਾਂ ਦੇ ਮਾਹੌਲ ਨੂੰ ਚੰਗੀ ਤਰ੍ਹਾਂ ਨਾਲ ਦੇਖਿਆ ਸੀ ਤਾਂ ਮੈਂ ਉੱਥੋਂ ਦੀਆਂ ਸਮੱਸਿਆਵਾਂ ਤੋਂ ਵਾਕਿਫ ਸੀ ਜਿਨ੍ਹਾਂ ਨੂੰ ਮੈਂ ਆਪਣੇ ਪੇਪਰ ਦੇ ਵਿੱਚ ਪਾਇਆ ਛੋਟੇ ਹੁੰਦੇ ਦੂਰਦਰਸ਼ਨ ਤੇ ਦੇਖੇ ਮ ਇਤਿਹਾਸ ਇਤਿਹਾਸ ਤੇ ਹੋਰ ਕਹਾਣੀਆਂ ਨੂੰ ਮੈਂ ਐਸੇ ਤੇ ਐਥਿਕਸ ਦੇ ਪੇਪਰ ਲਈ ਵਰਤਿਆ ਜਿਸ ਪੰਜਾਬੀ ਲੈਂਗੁਏਜ ਤੋਂ ਮੈਨੂੰ ਕਿਤੇ ਇਸ ਕਰਕੇ ਡਰ ਲੱਗਦਾ ਸੀ ਕਿ ਮੈਂ ਲੋਕਾਂ ਤੋਂ ਪਿੱਛੇ ਨਾ ਰਹਾ ਜਵਾਂ ਉਸ ਪੰਜਾਬੀ ਲਿਟਰੇਚਰ ਦੇ ਵਿੱਚ ਮੈਂ ਪੂਰੇ ਕੰਟਰੀ ਦੇ ਵਿੱਚੋਂ ਟੌਪ ਕੀਤਾ ਤੇ ਉਸ ਪੰਜਾਬੀ ਨੇ ਹੀ ਮੈਨੂੰ ਪੀਸੀਐਸ ਦੇ ਵਿੱਚ ਵੀ ਦੂਜਿਆਂ ਦੇ ਮੁਕਾਬਲੇ ਐਡਵਾਂਟੇਜ ਦਿਵਾਈ ਤਾਂ ਮੇਰੀ ਇਹ ਕਹਾਣੀ ਇਹ ਜ਼ਾਹਿਰ ਕਰਦੀ ਹੈ ਕਿ ਜੇਕਰ ਤੁਸੀਂ ਕਿਸੇ ਚੀਜ਼ ਦੇ ਲਈ ਨਿਰੰਤਰ ਕੋਸ਼ਿਸ਼ ਕਰਦੇ ਰਹੋ ਤੇ ਆਪਣਾ ਯਤਨ ਹੀ ਜਾਰੀ ਰੱਖੋ ਜਿਹੜੇ ਬੱਚੇ ਸਿਰਫ ਇਸ ਕਰਕੇ ਬਾਹਰ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਇੱਥੇ ਨੌਕਰੀਆਂ ਪਾਉਣਾ ਬਹੁਤ ਔਖਾ ਤੇ ਨਾ ਮੁਮਕਿਨ ਹੈ ਤਾਂ ਉਹ ਕਿਰਪਾ ਕਰਕੇ ਯਤਨ ਜ਼ਰੂਰ ਕਰੋ ਕਿਉਂਕਿ ਮੇਰੀ ਇਹ ਤੀਜੀ ਨੌਕਰੀ ਹੈ ਤੇ ਮੈਂ ਇੱਥੇ ਹੀ ਪੰਜਾਬ 'ਚ ਰਹਿ ਕੇ ਪੰਜਾਬ 'ਚ ਪੜ ਕੇ ਬਿਨਾ ਕਿਸੇ ਕੋਚਿੰਗ ਤੋਂ ਹਾਸਲ ਕੀਤੀ ਹੈ ਜੇ ਮੇਰੀ ਇਹ ਕਹਾਣੀ ਕਿਸੇ ਇੱਕ ਇਨਸਾਨ ਨੂੰ ਵੀ ਮੋਟੀਵੇਸ਼ਨ ਦੇ ਸਕੇ ਤੇ ਕਿਸੇ ਤੇ ਉਹ ਅਸਰ ਕਰ ਸਕੇ ਤਾਂ ਮੈਂ ਆਪਣਾ ਇੱਥੇ ਆਉਣਾ ਸਫਲਾ ਸਮਝਾਂਗੀ ਸਤਿ ਸ਼੍ਰੀ ਅਕਾਲ ਐਸਟੂਡੈਂਟਸ ਸਾਡੇ ਚੋਂ ਬਹੁਤ ਸਾਰਿਆਂ ਦਾ ਸੁਪਨਾ ਹੋਵੇਗਾ ਯੂਪੀਐਸਸੀ ਕ੍ਰੈਕ ਕਰਨ ਦਾ ਆਈਐਸ ਬਣ ਕੇ ਇਸ ਮਹਾਨ ਦੇਸ਼ ਦੀ ਸੇਵਾ ਕਰਨ ਦਾ ਤੇ ਸਾਨੂੰ ਸਭ ਨੂੰ ਪਤਾ ਹੈ ਇਸ ਸੁਪਨੇ ਨੂੰ ਪੂਰਾ ਕਰਨ ਦੀ ਕੀਮਤ ਬਹੁਤ ਜ਼ਿਆਦਾ ਹੈ ਦਰਅਸਲ ਮੈਂ ਗੱਲ ਕਰ ਰਿਹਾ ਹਾਂ ਯੂਪੀਐਸਸੀ ਪ੍ਰੀਪਰੇਸ਼ਨ ਤੇ ਹੋਣ ਵਾਲੇ ਖਰਚੇ ਦੀ ਉਸ ਦੀ ਕੋਚਿੰਗ ਦੀ ਤੇ ਦੂਜੇ ਸ਼ਹਿਰ ਜਾ ਕੇ ਹੋਣ ਵਾਲੇ ਖਰਚਿਆਂ ਦੀ ਲਗਭਗ ਇੱਕ ਯੂਪੀਐਸਸੀ ਐਸਪੀਰੈਂਟ ਸਾਲ ਦੇ ਵਿੱਚ 3 ਤੋਂ 4 ਲੱਖ ਰੁਪਏ ਦਾ ਖਰਚਾ ਕਰਦਾ ਤੇ ਇਸ ਲਈ ਕਾਫੀ ਐਸਪੀਰੈਂਟਸ ਨੇ ਸਾਨੂੰ ਰਿਕਵੈਸਟ ਕੀਤੀ ਕਿ ਜੋ ਸਟਾਕਸ ਫਾਈਨੈਂਸ਼ੀਅਲੀ ਸਾਡੇ ਵਰਗੇ ਐਸਪੀਰੈਂਟਸ ਦੀ ਹੈਲਪ ਕਰ ਸਕਦਾ ਤੇ ਉਹਨਾਂ ਦੀ ਜਰਨੀ ਦੇ ਵਿੱਚ ਤੇ ਇਸ ਲਈ ਜੋ ਸਟਾਕ ਨੇ ਇੰਗਲਿਸ਼ మీడియం ਦੇ ਲਈ ਕੰਟੈਕਟ ਕੀਤਾ ਐਮ ਕੇ ਯਾਦਵ ਸਰ ਨੂੰ ਜੋ ਕਿ ਡਾਇਰੈਕਟਰ ਤੇ ਫਾਊਂਡਰ ਹਨ ਆਈਐਸ ਹਬ ਦੇ ਤੇ ਉਹਨਾਂ ਨੇ ਮੈਂਟਰ ਕੀਤਾ ਹੈ ਅੱਜ ਤੱਕ 800 ਪਲੱਸ ਆਈਐਸ ਤੇ ਆਈਪੀਐਸ ਆਫੀਸਰਸ ਐਮ ਕੇ ਯਾਦਵ ਸਰ ਯੂਪੀਐਸਸੀ ਦੇ ਬਹੁਤ ਹੀ ਫੇਮਸ ਤੇ ਰਿਸਪੈਕਟਡ ਟੀਚਰ ਨੇ ਜੋ ਆਨਲਾਈਨ ਤੇ ਆਫਲਾਈਨ ਦੋਨੋਂ ਤਰੀਕੇ ਨਾਲ ਪੜ੍ਹਾਉਂਦੇ ਨੇ ਤੇ ਆਈਐਸ ਹਬ ਦਾ ਹੈੱਡਕੁਆਰਟਰ ਦਿੱਲੀ 'ਚ ਹੀ ਹੈ ਐਮ ਕੇ ਯਾਦਵ ਸਰ ਦੀ ਇੱਕ ਬਹੁਤ ਹੀ ਫੇਮਸ ਸਟੂਡੈਂਟ ਰਿਤਿਕਾ ਜੰਦਲ ਮੈਮ ਨੇ 2018 ਦੇ ਵਿੱਚ 88 ਰੈਂਕ 올 ਇੰਡੀਆ ਰੈਂਕ ਹਾਸਲ ਕੀਤੀ ਸੀ ਤੇ ਅਸੀਂ ਐਮ ਕੇ ਯਾਦਵ ਸਰ ਨੂੰ ਕੰਟੈਕਟ ਕੀਤਾ ਤੇ ਰਿਕੁਐਸਟ ਕੀਤੀ ਕਿ ਸਰ ਜੋਸ਼ ਦੀ ਫੈਮਿਲੀ ਦੇ ਲਈ ਉਹ ਇੱਕ ਬਹੁਤ ਵੱਡੀ ਸਕਾਲਰਸ਼ਿਪ ਦੇ ਸਕੇ ਕਿਉਂਕਿ ਹੁਣ 2024 ਦੇ ਵਿੱਚ ਜੋ ਵੀ ਅਟੈਂਪਟ ਦੇਣਾ ਚਾਹੁੰਦੇ ਨੇ ਉਹਨਾਂ ਦਾ ਇੱਕ ਤਿਆਰੀ ਕਰਨ ਦਾ ਟਾਈਮ ਆ ਗਿਆ ਹੈ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਸਰ ਨੇ ਜੋਸ਼ ਦੀ ਟੀਮ ਨੂੰ ਇਸ ਵਿੱਚ ਪੂਰਾ ਸਪੋਰਟ ਕੀਤਾ ਐਮ ਕੇ ਯਾਦਵ ਸਰ ਸਾਨੂੰ ਸਕਾਲਰਸ਼ਿਪ ਪ੍ਰੋਵਾਈਡ ਕਰਨਗੇ ਯਾਨੀ ਕਿ ਉਹ ਕੁਆਲਿਟੀ ਦੀ ਐਜੂਕੇਸ਼ਨ ਜਿਸ ਦੀ ਫੀਸ ਲੱਖਾਂ ਦੇ ਵਿੱਚ ਹੈ ਉਸ ਬਹੁਤ ਹੀ ਈਜ਼ੀ ਤਰੀਕੇ ਨਾਲ ਅਪਲੋਡ ਕਰ ਸਕਦੇ ਹਨ ਜੋਸ਼ ਫੈਮਲੀ ਦੀ ਇਹ ਸਕਾਲਰਸ਼ਿਪ ਪਾਉਣ ਦੇ ਲਈ ਥੱਲੇ ਦਿੱਤੇ ਗਏ Google ਫਾਰਮ ਨੂੰ ਫਿਲ ਕਰ ਸਕਦੇ ਹੋ ਤੇ ਜਦੋਂ ਤੁਹਾਨੂੰ ਕਾਲ ਆਵੇ ਤਾਂ ਪਲੀਜ਼ ਮੈਂਸ਼ਨ ਕਰਨਾ ਨਾ ਭੁੱਲਿਓ ਕਿ ਤੁਸੀਂ ਜੋਸ਼ ਫੈਮਲੀ ਦੇ ਪਾਰਟ ਹੋ ਤਾਂ ਕਿ ਤੁਹਾਨੂੰ ਸਕਾਲਰਸ਼ਿਪ ਮਿਲ ਸਕੇ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ